ਗੱਲ ਕਰਨ ਵਾਲੀ ਜਿਹੜੇ ਸਵੇਰ ਦੇ ਧੁੱਪੇ ਸੜਨ ਡਏ ਹੈ ਕੱਲ੍ਹ ਦਾ ਜੇ ਮੈਨੂੰ ਬੁਖਾਰ ਚੜਿਆ ਸੀ ਅਤੇ ਜ਼ਿਆਦਾ ਮੈਂ ਬਾਹਰ ਵੀ ਨਹੀਂ ਨਿਕਲੀ ਨਿਕਲੀ ਮੈਂ ਕਿਹਾ ਚੱਲ ਕੰਮ ਕਰਦੀ ਹੋਣੀ ਆ ਧੁੱਪੇ ਲੀੜੇ ਸੜ ਸੜ ਕੇ ਔਂਤਰਾ ਰੰਗ ਉੱਡ ਗਿਆ ਇਹਨਾਂ ਕੱਪੜਿਆਂ ਦਾ ਬੰਦਾ ਸਟੈਂਡ 'ਤੇ ਪਾਏ ਇਹਨੂੰ ਛਾਵੇਂ ਅੱਗ ਲਾ ਦਿੰਦਾ ਸਟੈਂਡ ਨਹੀਂ ਲਾਉਣੇ ਛਾਵੇਂ ਕਰ ਦੇਣਾ ਇਹਨੂੰ ਮੈਂ ਦੁਖੀ ਕੀਤਾ ਇਹਨੇ ਮਸ਼ੀਨ 'ਤੇ ਉਹ ਵੀ ਲੀੜਿਆਂ ਨਾਲ ਭਰੀ ਪਈ ਜੇ ਕੀਤਾ ਇਹ ਵੀ ਨਹੀਂ ਧੋਤੇ ਵੀ ਕੀਤੇ ਨਹੀਂ ਇਹਨੇ ਬਾਲਟੀਆਂ ਟਕਾਈਆਂ ਬੁਰੀਆਂ ਚੁੱਕ ਚੱਕ ਹੀ ਲੈਂਦਾ ਵਾ ਕੰਮ ਕਰਨਾ ਹੀ ਨੀ ਕੋਈ ਕਿੱਥੇ ਮਰ ਗਈਆਂ ਜਿਹੜੀ ਆਵਾਜ਼ ਦੇ ਮਰ ਦੋ ਨੀ ਪ੍ਰੀਤ ਪਰੇ ਚਰਜਾ ਲੈ ਜਾ ਮਗਰੋਂ ਕਿਤੇ ਤੂੰ ਨਾ ਮੇਰੇ ਲਾਗੇ ਲੱਗ ਆ ਭਾਂਡੇ ਸਵੇਰ ਦੇ ਤੇਰੇ ਮਾਂਜੇ ਸਾਰੇ ਚੁੱਕੇ ਤੂੰ ਪ੍ਰੀਤ ਨੂੰ ਲਿਆ ਮੇਰੇ ਕੋਲ ਚੱਲ ਜਾ ਇੱਥੇ ਮਾਰ ਦੂੰਗੀ ਤੈਨੂੰ ਮੈਂ ਤਜਾਬ ਤਜੂ ਮਾਰ ਕੇ ਤੇ ਲਾਹ ਸਾੜ ਹੀ ਦਵਾਂ ਨੀ ਪ੍ਰੀਤ ਆ ਨੀ ਧੀਏ ਕਿੱਥੇ ਆ ਨੀ ਪ੍ਰੀਤ ਆਉਂਦੀ ਨੀ ਵੇਖਣੀ ਕਿਤੇ ਮਾਂ ਦੀਆਂ ਦੱਸ ਚੀਕਾਂ ਨੀ ਧੋਂਦੀਆਂ ਕਿਤੇ ਇਹਨੂੰ ਭਾਂਡੇ ਸਵੇਰ ਦੇ ਮਾਰ ਸਾੜ ਕੇ ਤੇ ਮੰਜੇ ਚੁੱਕ ਦਵਾਂ ਅੰਦਰ ਆ ਜਾਓ ਮੈਨੂੰ ਪਾਣੀ ਦੇ ਦੋ ਮੈਨੂੰ ਪਾਣੀ ਦੇ ਦੋ ਤੁਸੀਂ ਦੋਵਾਂ ਨੌ ਨੌ ਮਾਵਾਂ ਧੀਆਂ ਨੇ ਆਵਾਜ਼ ਹੀ ਨਹੀਂ ਦਿੱਤੀ ਮੈਨੂੰ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਲੈ ਚੱਲ ਅੰਦਰ ਪਖੰਡ ਦੱਸਦੀ ਜਿਹਦੇ ਨਾਲ ਮਹੀਨਾ ਕਰਦੀ ਉਸੇ ਵੇਲੇ ਭੱਜੀ ਆਈ ਮੇਰਾ ਪੁੱਛਣ ਮੈਨੂੰ ਲੈ ਮਰ ਜਾਓ ਕੋਈ ਅੰਦਰ ਆਉਣਾ ਕਿੱਥੇ ਆ ਛੱਡਣੀ ਆ ਮਰ ਜਾਓ ਕੋਈ ਆ ਕੇ ਆਉਣਾ ਹਾਏ ਨੀ ਕਿੱਥੇ ਲੈ ਕੇ ਕਹਿੰਦੀ ਜਰਾ ਉਸ ਤਰ੍ਹਾਂ ਫੜ ਮੈਂ ਤੈਨੂੰ ਦੋ ਮਾਰ ਲੈਣੀ ਜੀ ਉਹ ਨਹੀਂ ਆਉਂਦੀ ਉਹ ਆਂਦੀ ਮੈਂ ਕੱਤੀ ਨੂੰ ਗਰਮੀ ਬਹੁਤ ਆ ਬਾਹਰ
ਚਲੋ ਅਸੀਂ ਅੰਦਰ ਤੇ ਪਾਵਾਂ ਮੇਰੇ ਨਾਲ ਦਾ ਕਰਦੀ ਨਹੀਂ ਮੈਨੂੰ ਸੱਚੀ ਸੱਚੀ ਗੱਲਾਂ ਸੁਣਾ ਚੱਪਲ ਕਿੱਥੇ ਪੈਣੀ ਮੇਰੇ ਕੋਲ ਪੈਰ ਤੋਂ ਪਾ ਲਓ ਮਾਰੀ ਮੋਟੀ ਨਹੀਂ ਪੈਣੀ ਚੱਪਲ ਇੱਧਰ ਲੈ ਜਾ ਮੈਨੂੰ ਅੰਦਰ ਡਿੱਗਣ ਲੱਗੀ ਸਾਰਾ ਲਾ ਕੇ ਜਾਊਂਗੀ ਉਹਨੂੰ ਸਾਰਾ ਮੈਂ ਨਾ ਹਾਰ ਚਿਕ ਮੰਗਾ ਕੇ ਨਾ ਸਾਰਾ ਜਾਲਾ ਲਾ ਕੇ ਜਾਂਦੀ ਅੱਜ ਇੱਕ ਗਾਂ ਪੀ ਡਿੱਗੋਗੇ ਅੱਜ ਨਹੀਂ ਹੈ ਇੱਥੇ ਮੈਂ ਤੇਰੇ ਸਿਆਪਾ ਕਰਨ ਲੱਗੀ ਹਾਂ ਜੇ ਭਾਂਡੇ ਸਵੇਰ ਦੇ ਮਾਂਜੇ ਸਾੜੇ ਹੀ ਚੁੱਕ ਕੇ ਰੱਖ ਦਿੰਦੀ ਹਾਂ ਮੈਂ ਮੰਮੀ ਆਖਾਂ ਮੈਂ ਜੇ ਰੋਕੇ ਚੁੱਕ ਦੇਣੀ ਹੈ ਕਿ ਸੁੱਕ ਜਾਣਗੇ ਧੁੱਪੇ ਰੋਕੇ ਹਾਂ ਨਾ ਸਵੇਰ ਦੀ ਅੰਤਰੀ ਧੁੱਪ ਹੀ ਨਹੀਂ ਲੱਗੀ ਤੇ ਬੰਦੇ ਸੁੱਕਦੇ ਜਾਂਦੇ ਮੈਂ ਨਾ ਪਾਣੀ ਹੁੰਦੀ ਆ ਕਿਤੇ ਪੈਰ ਦੇ ਮੋੜਿਆ ਕੇ ਕਿੱਥੋਂ ਮੈਂ ਕੰਮ ਕਰਨਾ ਇਹਨਾਂ ਦਾ ਬੀਬੀਆਂ ਰਾਣੀਆਂ ਆਈਆਂ ਦੋ ਦਿਨ ਆ ਕੇ ਤੇ ਮੁੜ ਕੇ ਚੱਲ ਜਾਣਾ ਵਾ ਸਿਆਪਾ ਮੇਰੇ ਭਾ ਦਾ ਪੈ ਗਿਆ ਮੈਂ ਦੱਸ ਕੰਮ ਕਿੱਦਾਂ ਕਰਨਾ ਹੈ ਪ੍ਰੀਤ ਆਪ ਉੱਥ ਕੀ ਕਿੱਥੇ ਬੈਠੀ ਕਿਆ ਮੇਰੀ ਲਾਤੀ ਘੁੱਟ ਦੇ ਨੀ ਕਿੱਡੀ ਜ਼ੋਰ ਦੀ ਮੇਰੇ ਸੱਟ ਲੱਗੀ ਬਿੱਟਾ ਸੋਚ ਕੇ ਕਿੱਥੇ ਆ ਗਿਆ ਪ੍ਰੀਤ ਹਾਂਜੀ ਮੰਮੀ ਬੁਲਾਉਂਦੇ ਤੁਹਾਨੂੰ ਫੇਰ ਦੀਦੀ ਮੇਰੇ ਕੋਲ ਘੜੀ ਹੋਈ ਗਰਮੀ ਚ ਜਾਇਆ ਜਾਂਦਾ ਕੀ ਕਹਿਣਾ ਮੰਮੀ ਨੇ ਹੁਣ ਉਹਦੇ ਸੱਟ ਲੱਗੀ ਆ ਤੁਹਾਨੂੰ ਉਹਦੇ ਸੱਦੀ ਜਾਂਦੇ ਮੇਰੇ ਸਾਰਾ ਪੁਆੜਾ ਨਹੀਂ ਤੁਹਾਡਾ ਨਹੀਂ ਕਰਦੀ ਸਾਰਾ ਪੁਆੜਾ ਹੀ ਤੁਹਾਡਾ ਕੋਈ ਸਵੇਰ ਦੇ ਭਾਂਡੇ ਨਹੀਂ ਚੁੱਕ ਸਕਦਾ ਹੁਣ ਸੱਟ ਲੱਗ ਗਈ ਤੇ ਮੇਰੇ ਵੱਲ ਮਿੰਟ ਕੁ ਬਾਅਦ ਆ ਜਾਂਦੇ ਹੁਣ ਸਾਂਭ ਲਓ ਮੈਂ ਤਾਂ ਦੀਪੀ ਸਾਂਭਦੇ ਹੀ ਆ ਤੇ ਮੰਮੀ ਕਹਿੰਦੀ ਨੇ ਮੈਂ ਪ੍ਰੀਤ ਮੈਂ ਤੂੰ ਨਾ ਮੈਨੂੰ ਹੱਥ ਲਾ ਦੇ ਤੇ ਪਤਾ ਵੀ ਮੰਮੀ ਮੇਰਾ ਨਹੀਂ ਕਰਦੀ ਤੇ ਤੂੰ ਇਤਨਾ ਭੈਣ ਮਾਰ ਕੇ ਮੰਮੀ ਤਰਲੇ ਲੈਂਦੀ ਮੈਂ ਸਵੇਰੇ ਚਲ ਜਾਣਾ ਲੈ ਕੇ ਘਰ ਸਾਂਭ ਕਰਦੀ ਆ ਸਵੇਰੇ ਮੈਂ ਚਲ ਜਾਣਾ ਸਵੇਰੇ ਕੌਣ ਸਾਂਭੂ ਮਿਲ ਗਏ ਮੰਮੀ ਵੀ ਚਲੇ ਪਖੰਡ ਚ ਕਰਦੀ ਲੈ ਮੈਂ ਹੋ ਜਾਂਦੀ ਤੇਰਾ ਦੇ ਨਾ ਕਰਦੀ ਕੋਲ ਬਹਿ ਲੈ ਜਾ ਕੇ ਤੂੰ ਕੀ ਕਰਨਾ ਵਾ ਕੋਲ ਦੇ ਕਰਦੇ ਰਹਿੰਦੀ ਪ੍ਰੀਤ ਆ ਜੀ ਵੇਖ ਹੁੰਦੀ ਕੀ ਕਹਿਣਾ ਪੁੱਛ ਆਉਂਦੀ ਉਹਨਾਂ ਨੇ ਕੀ ਕਹਿਣਾ ਕੀ ਸਲਾਹਾਂ ਕਰਨੀ ਵੇਲਾ ਕੀ ਕਰਦੀ ਪ੍ਰੀਤ ਹੈ ਮੰਮੀ ਇੰਨਾ ਕਰਦੀ ਇਹਦਾ ਇਹ ਵੇਲਾ ਕੀ ਕਰਦੀ ਸੱਟ ਲੱਗ ਗਈ ਫਿਰ ਕਿਹੜੀ ਗੱਲ ਆ ਮਾਮਾ ਚੱਲ ਭੱਜੀ ਜਾਵਾਂ ਇੰਨਾ ਮੰਮੀ ਕਰਦੀ ਇਹਦਾ ਜਿਹੜਾ ਕਿੰਨਾ ਕੁਛ ਲੈ ਕੇ ਦਿੱਤਾ ਇਹਨੂੰ ਵੀ ਫਰੀਦ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਮੈਂ ਚਾਹੁੰਦੀ ਹਾਂ ਕੁੜੀ ਬਿਮਾਰ ਮਾਰੀ ਕੁੜੀ ਹਜੇ ਤੱਕ ਨਹੀਂ ਆਈ ਵੇਲਾ ਮੈਂ ਇਹਦੇ ਤੇ ਮਰਦੀ ਜਾਂਦੀ ਹਾਂਜੀ ਮੰਮੀ ਜੀ ਦੱਸੋ ਪ੍ਰੀਤ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਤੈਨੂੰ ਮੇਰੇ ਦੁੱਖ ਦਾ ਜ਼ਰਾ ਨੀ ਹੈਗਾ ਹੈ ਤੇ ਮੇਰੀ ਮਾਂ ਦੇ ਆਗ ਸੱਟ ਲੱਗੀ ਆ ਵੇ ਮੇਰੇ ਕਿੱਦਾਂ ਗਿੱਟਾ ਸੋਚ ਗਿਆ ਮੇਰੀ ਲੱਤ ਨੂੰ ਉੱਤੇ ਘੁੱਟਦੇ ਹਾਂ ਪੁੱਤ ਮੰਮੀ ਜੀ ਹੁਣੇ ਲੱਗ ਗਈ ਤੂੰ ਚੁੱਪ ਕਰਕੇ ਨੰਮੇ ਪੈ ਜਾਣਾ ਐ ਲੰਮੇ ਪੈ ਜਾਂਦਾ ਇੰਨੀ ਮੇਰੇ ਪੀੜ ਹੋ ਗਈ ਦੱਸੋ ਕੀ ਕਰਾਉਣਾ ਮੇਰੇ ਕੋ ਦੱਸੋ ਲੱਤ ਘੁੱਟਦੇ ਮੇਰੀ ਮੈਨੂੰ ਕੋ ਪਾਣੀ ਲਿਆ ਦੇ ਕੋ ਰੋਟੀ ਲਿਆ ਦੇ ਲੱਤ ਤਾਂ ਦੀਦੀ ਨੇ ਵੀ ਘੁੱਟ ਦੇਣੀ ਐਡਾ ਕਹਿੰਦਾ ਰੋਲਾ ਪਾਇਆ ਨਹੀਂ ਮੈਂ ਨਹੀਂ ਉਹਦੇ ਤੋਂ ਘਟਾਉਣੀ ਉਹਦੇ ਕਰਕੇ ਤਾਂ ਮੈਨੂੰ ਸੱਟ ਲੱਗੀ ਉਹਨੇ ਮੈਨੂੰ ਚੰਗੀ ਮਾਸਾ ਵੀ ਲੱਗੀ ਮੇਰੇ ਕੋ ਫਿਰ ਕਿੱਥੇ ਟਾਈਮ ਮੈਂ ਆਪਣੀ ਕੁੜੀ ਪੜਾਉਣੀ ਮੇਰੀ ਕੁੜੀ ਦੇ ਪੇਪਰ ਆਉਣ ਵਾਲੇ ਹੈਡੇ ਤੈਨੂੰ ਜਰਾ ਨਹੀਂ ਮੇਰੇ ਨਾਲ ਹੈਗਾ ਹੈ ਤੀਆਂ ਤੇ ਮਾਂ ਦਾ ਤੇ ਮਾਪੇ ਨਾਲ ਜਾਂਦੇ ਗੁੱਟੀਆਂ ਸੱਟਾਂ ਦੇ ਲੱਗਦੀਆਂ ਰਹਿੰਦੀਆਂ ਤੂੰ ਵੀ ਤੇ ਨਿੱਕੀ ਜੀ ਸੱਟ ਦਾ ਹੀ ਹਊਗਾ ਬਣਾ ਲਿਆ ਤੇ ਹੁਣ ਉੱਥੇ ਮੈਂ ਕੀ ਕਰਾਂ ਨਹੀਂ ਫਿੜੇ ਨੂੰ ਤੇਰਾ ਗਿੱਟਾ ਸੋਚ ਕੇ ਵੇ ਮੇਰਾ ਕਿੱਡਾ ਆ ਗਿਆ ਤੇ ਮੈਨੂੰ ਆਹ ਨਿੱਕੀ ਜੀ ਸੱਟ ਲੱਗੀ ਨੇ ਜ ਜੰਮਣ ਤੇਰੇ ਵਰਗੀਆਂ ਤੀਆਂ ਹੈ ਤੇਰੇ ਤੇ ਮੈਂ ਮਰਦੀ ਜਾਂਦੀ ਆ ਜੋ ਤੂੰ ਮਾੜੀ ਜੀ ਮੋਹ ਮਾੜੀ ਜੀ ਗੱਲ ਮੋਹ ਕੱਢਦੀ ਉਸ ਵੇਲੇ ਮੈਂ ਤੇਰੀ ਪੂਰੀ ਕਰਦੀ
ਆਪਣੇ ਆਪ ਤੇ ਹੱਥ ਹੀ ਨੀ ਹਿਲਾਉਣਾ ਹੋਇਆ ਦੂਜਿਆਂ ਦੇ ਡਿਪੈਂਡ ਹੋਏ ਬੈਠੇ ਜੋ ਪਹਿਲਾਂ ਜੇ ਮੈਨੂੰ ਸੱਟ ਲੱਗੀ ਹੈ ਤੋ ਇਹਨੂੰ ਮੈਂ ਆਵਾਜ਼ਾ ਮਾਰ ਦੇਣੀ ਉਹਨੂੰ ਮੇਰੀਆਂ ਗੱਲਾਂ ਕਰਦੀ ਉਹਨੇ ਮੈਨੂੰ ਆ ਮੈਂ ਜਲਦੀ ਮੰਮੀ ਆਪਣੇ ਕਮਰੇ ਮੇਰੇ ਕੋਲ ਲੱਚਰ ਜਾਣੀ ਸੁਣਿਆ ਜਾਂਦਾ ਪ੍ਰੀਤ ਪੁੱਤ ਏਦਾਂ ਨਹੀਂ ਕਰੀਦਾ ਤੇਲ ਤੂੰ ਲਿਆ ਕੇ ਮੇਰੇ ਲਾ ਦੇ ਮੰਮੀ ਮੇਰੇ ਤੋਂ ਨਹੀਂ ਤੇਲ ਤੂੰ ਲਾਦਾ ਵੇ ਕੀ ਪੱਖਾ ਵੇ ਕਿਦਾਂ ਚੱਲਣ ਦਿਆ ਹੌਲੀ ਹੌਲੀ ਇੱਥੇ ਤੇ ਗੁੜਗੁੜ ਗਰਮੀ ਲੱਗਣ ਦੀ ਮੌਤ ਕਰਾਉਣੀ ਮੈਂ ਏਸੀ ਅੰਦਰ ਤਾਂ ਨਹੀਂ ਪੈਂਦੀ ਠਰਕੇ ਨੇ ਸਗੋਂ ਪੀੜ ਹੋਣਾ ਵਾ ਫਿਰ ਬੈਠੇ ਰਹੋ ਇੱਥੇ ਮੇਰੇ ਕੋਲ ਤਾਂ ਨਹੀਂ ਬੈਠਾ ਜਾਂਦਾ ਉਹਨੂੰ ਮੈਂ ਕੱਲ ਦੇ ਹਾਂ ਪ੍ਰੀਤ ਮੈਂ ਕਦੀ ਸੋਚਿਆ ਨਹੀਂ ਸੀ ਤੂੰ ਏਦਾਂ ਦੀ ਨਿਕਲੇਂਗੀ ਹੈ ਮੰਮੀ ਮੈਨੂੰ ਨਹੀਂ ਪਤਾ ਮੈਂ ਆਪਣੀ ਕੁੜੀ ਦੇ ਕੱਪੜੇ ਪਾਉਣ ਲੱਗੀ ਮੈਂ ਸਵੇਰੇ ਚੱਲਦੀ ਆ ਸੋ ਤੇ ਹਾਂ ਤੇਰਾ ਕੁੜੀਏ ਤੂੰ ਮੈਨੂੰ ਸੱਟ ਲੱਗੀ ਤੇ ਮੈਨੂੰ ਕਿੱਥੇ ਛੱਡ ਕੇ ਚੱਲੀ ਆ ਤੁਹਾਨੂੰ ਮੈਂ ਕਹਿੰਦੀ ਮੇਰੀ ਕੁੜੀ ਦੇ ਪੇਪਰ ਆ ਸਮਝਿਆ ਕਰੋ ਸਾਰਾ ਸਾਲ ਮਾਰਿਆ ਜਾਣਾ ਕੁੜੀ ਦੇ ਮੈਨੇ 10 ਦਿਨ ਹੋ ਗਏ ਤੈਨੂੰ ਰਹਿੰਦੀ ਨੂੰ ਉਦੋਂ ਤੈਨੂੰ ਪੇਪਰ ਨਾ ਜ਼ਿਆਦਾ ਹੈ ਅੱਜ ਮੈਨੂੰ ਸੱਟ ਲੱਗੀ ਤਾਂ ਤੈਨੂੰ ਪੇਪਰ ਜ਼ਿਆਦਾ ਆ ਗਏ ਤੈਨੂੰ ਕੰਮ ਕੁਮ ਤੇ ਮੇਰੇ ਤੋਂ ਨਹੀਂ ਹੁੰਦਾ ਇਹ ਗੱਲ ਝੂਠੀ ਹੈ ਜੇ ਕਰਨਾ ਤੇ ਕਰੋ ਨਹੀਂ ਕਰਨਾ ਤੇ ਨਾ ਕਰੋ ਮੇਰੇ ਸਿਰ ਤੇ ਨਾ ਸੁੱਟੋ ਸਾਰਾ ਕੱਪੜੇ ਪਾਉਣ ਲੱਗੀ ਮੈਂ ਭੇਜ ਦਿੰਦੀ ਦੀਦੀ ਨੂੰ ਤੁਹਾਡੇ ਲਾ ਦੇਣਗੇ ਤੇਲ ਤੂਲ ਜਿਹੜਾ ਤੁਸੀਂ ਮਿਲਾਉਣਾ ਉਹਦੇ ਕੋਲ ਮਿਲਾ ਲਈ ਲੈ ਮੰਮੀ ਲਾਵਾ ਤੇਲ ਪ੍ਰੀਤ ਤੇ ਬੁੜਬੁੜ ਕਰਨ ਦੇ ਕਹਿੰਦੀ ਮੈਂ ਚੱਲੀ ਆ ਮੈਨੂੰ ਲਵਾ ਲਓ ਤੇਲ ਤੁਸੀਂ ਆਹ ਬਿੱਟਾ ਵੇਖੋ ਕੀ ਬਣਦਾ ਜਾਂਦਾ ਵਾ ਮੇਰੇ ਕਰਮ ਮੈਂ ਉਦਾਂ ਦੀਆਂ ਝੱਲਣੀਆਂ ਕੱਪੜੇ ਪਾਈ ਫਿਰਦੀ ਆਂਦੀ ਖਰੇ ਮੈਂ ਚੱਲੀ ਆ ਆਂਦੀ ਮੈਂ ਜਾਣਾ ਵਾ ਦੱਸ ਵੀ ਮੇਰੀ ਸੱਟ ਨੀ ਵੇਂਦੀ ਕਹਿੰਦੀ ਮੈਂ ਸਵੇਰੇ ਚੱਲ ਜਾਣਾ ਵਾ ਇਹੋ ਜਿਹੀਆਂ ਵੀ ਧੀਆਂ ਹੁੰਦੀਆਂ ਅੱਗੋਂ ਮੈਨੂੰ ਆਂਦੀ ਲੈਕਚਰ ਨਾ ਦੇ ਕਈ ਕੁਛ ਸਵੇਰੇ ਚੱਲ ਜਾਣਾ ਵਾ ਸਵੇਰੇ ਮੈਂ ਵੀ ਆਂਦੀ ਜਾਣਾ ਤੇ ਫਿਰ ਮੈਂ ਨਾ ਐ ਕਰਦੀ ਮੈਂ ਲੈ ਪੈਂਦੀ ਆ 2 ਦਿਨ ਕੋਈ ਨਹੀਂ ਕੰਮ ਦੀ ਨਹੀਂ ਸੱਚੀ ਲੈ ਪੈਗੀ
ਕੋਈ ਨੀ ਮੈਂ ਰਹਿ ਪੈਂਦੀ ਹਾਂ ਚਾਰ ਦਿਨ ਹੋਰ, ਤੇ ਤੁਹਾਡਾ ਗਿੱਟਾ ਨੀ ਠੀਕ ਤੇ ਫਿਰ ਹੁਣ ਤੁਹਾਨੂੰ ਸਾਂਭੂ ਕੌਣ? ਲੰਮੇ ਪਾਓ ਨਹੀਂ ਤੂੰ ਸੱਚੀ ਰਹਿ ਪੈਂਗੀ? ਮੈਂ ਰਹਿ ਪਊ ਕੋਈ ਨੀ, ਫਿਰ ਤੁਹਾਨੂੰ ਸਾਂਭੂ ਕੌਣ? ਮੈਂ ਚਾਰ ਦਿਨ ਰਹਿ ਪੈਂਦੀ ਹਾਂ, ਮੈਂ ਕਰ ਲੂੰਗੀ ਆਪੇ, ਫਿਰ ਕੰਮ ਕੌਣ ਕਰੂਗਾ? ਮੈਂ ਦੇਖਾ ਖਰੀਦ ਨੇ ਰਹਿਣਾ, ਮੈਂ ਨੀ ਸੋਚਿਆ ਜਿੰਨਾ ਤੂੰ ਮੇਰਾ ਸੋਚਣ ਨਹੀਂ ਹੈ, ਸੱਟ ਚ ਲੱਗ ਗਈ ਪਤਾ ਵੀ ਹੁਣ ਮਾਂ ਨੂੰ ਪੁੱਛਣਾ ਦੱਸਣਾ ਪੈਣਾ ਵਾ, ਤਾਂ ਲੱਭਦੀ ਆ ਕਿਤੇ ਜਿਹਨੂੰ ਪੁੱਛ ਕੇ ਵੇਖੋ ਜਿਹਦੀ ਨਹੀਂ ਹੈਗੀ ਹੈ। ਪ੍ਰੀਤ ਵੀ ਜਾਣ ਕੇ ਕਰਦੀ, ਮੈਂ ਸਮਝਾਉਂਗੀ ਕੋਈ ਨੀ ਕਰੂਗੀ, ਤੁਸੀਂ ਨਾ ਟੈਨਸ਼ਨ ਲਓ, ਫਿਰ ਵੀ ਤੁਹਾਡੀ ਧੀ ਉਹੀ ਹੈ, ਤੁਹਾਨੂੰ ਤੇ ਲੱਗਣਾ ਹੀ ਆ। ਤੇ ਤੁਸੀਂ ਨਾ ਪੈ ਰਹੇ ਹੋ ਲੰਮੇ, ਮੈਂ ਇਹਦੇ ਉੱਤੇ ਬੰਨ ਲੈਣਾ ਸੀ, ਕੋਈ ਕੱਪੜਾ ਕੁਪੜਾ ਦਵਾਂ ਤੁਹਾਨੂੰ? ਹਾਂ ਮੈਂ ਕੱਪੜਾ ਜੇ ਦੇਣੀ ਇਹਦੇ ਉੱਤੇ ਬੰਨ ਲਓ ਮਾੜਾ ਜਿਹਾ, ਉਹ ਤੇ ਪਿਆ ਹੋਣਾ ਨਾਲ ਇਹਦੀ ਕੁੜੀ ਮੈਂ ਮਾਰਨ ਲੱਗੀ 1000 ਰੁਪਇਆ ਮੈਂ ਦਿੱਤਾ ਕੁੜੀ ਦੇ ਟੈਸਟਾਂ ਵਾਸਤੇ, ਇੰਨੀ ਮੈਂ ਨਫ਼ਰਤ ਕੀਤੀ। ਸੱਚਾ ਹੀ ਇਹਦੇ ਪਿਓ ਨੇ ਮੈਨੂੰ ਕਿਹਾ ਸੀ ਕਹਿੰਦਾ ਤੇਰਾ ਇਹਨੇ ਨੀ ਬਣਨਾ ਜਿੰਨੀ ਤੇਰੀ ਉਹਨੇ ਬਣਨਾ, ਤੇ ਮੈਂ ਸੱਚ ਹੀ ਨਾ ਮੰਨਿਆ। ਮੈਂ ਕਹਿੰਦਾ ਨਾ ਮੇਰੀ ਧੀ ਜਿਹੜੀ ਉਹ ਮੇਰੀ ਰਹਿਣੀ, ਬਗਾਨੀ ਬਗਾਨੀ ਰਹਿਣੀ, ਪਰ ਅੱਜ ਜਿਹੜੀ ਮੇਰੀ ਆਪਣੀ ਉਹ ਬਗਾਨੀ ਹੋਗੀ, ਜਿਹੜੀ ਬਗਾਨੀ ਉਹ ਅੱਜ ਆਪਣੀ ਹੋਗੀ। ਇੰਨਾ ਮੇਰਾ ਕਰਦੀ ਕਹਿੰਦੀ ਮੈਂ ਨਹੀਂ ਜਾਂਦੀ ਇਹ, ਮੰਮੀ ਮੈਂ ਤੇਰਾ ਇਲਾਜ ਕਰਾਇਆ ਤੈਨੂੰ ਠੀਕ ਕਰਕੇ ਫਿਰ ਜਾਊਂਗੀ। ਗੁਰਪ੍ਰੀਤ ਨੇ ਆ ਮੇਰੇ ਘਰ ਪ੍ਰੀਤ ਨੇ ਪਾਈ, ਇਹਨੂੰ ਮੇਰਾ ਤਾਂ ਜੀ ਕਰਦਾ ਕੁੜੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ, ਜਿਹੜੀ ਗਾਂਹ ਤੋਂ ਮੇਰੇ ਘਰ ਵੜੇ ਨਾ ਇਹ, ਹੈਂ ਇਹਨੂੰ ਲੱਗ ਪਤਾ ਜਾਊ ਜਿਹੜਾ ਚੁੱਕ ਦੀ ਜਿਹੜੇ ਦਿਨ ਝੋਲਾ ਤੇ ਇੱਥੇ ਆ ਜਾਂਦੀ, ਮੰਮੀ ਮੈਨੂੰ ਆਹ ਲੈ ਦੇ, ਮੰਮੀ ਮੈਨੂੰ ਉਹ ਲੈ ਦੇ, ਇਹਦੇ ਸਿਰ ਚ ਖੇ ਪਾਊ ਹੁਣ ਮੈਂ ਚੰਗੀ ਤਰ੍ਹਾਂ ਹੀ, ਹੈਂ ਪਾ ਕੇ ਲੀੜੇ ਤੇ ਤੁਰ ਪਈ ਆ। ਦੀਦੀ ਮੇਰੀ ਰੋਟੀ ਨੀ ਲੈ ਕੇ ਆਇਆ, ਕੀ ਬਣਾਇਆ ਅੱਜ ਨਾਲ? ਖਰੀਦ ਸਬਜ਼ੀ ਪਨੀਰ ਬਣਾਈ ਹੈ, ਮਸਾਲਾ ਕੁਛ ਬਣਾ ਕੇ ਰੱਖਿਆ, ਪਨੀਰ ਦੀ ਸਬਜ਼ੀ ਨੀ ਬਣਾਈ ਹੈ, ਦਾਲ ਨਾਲ ਤੇ ਨਾਲ ਕੱਦੂ ਦੀ ਸਬਜ਼ੀ ਆ। ਪਤਾ ਵੀ ਹੈਗਾ ਤੁਹਾਨੂੰ ਮੇਰੀ ਕੁੜੀ ਨਹੀਂ ਖਾਂਦੀ, ਮੈਂ ਕਿਉਂ ਨੀ ਬਣਾਈ? ਪ੍ਰੀਤ ਮੈਂ ਬਣਾਉਣੀ ਸੀ, ਉਹਦੇ ਪਤਾ ਮੰਮੀ ਨੂੰ ਸੱਟ ਲੱਗੀ, ਉਹਨੇ ਵੀ ਸਾਹਮਣਾ ਮੰਮੀ ਨੂੰ ਖੰਡ ਕਰਨ ਦੀ, ਕੁੜੀ ਦੀ ਸਬਜ਼ੀ ਬਣਾਓ ਪਹਿਲਾਂ। ਪ੍ਰੀਤ ਨੂੰ ਮੈਂ ਹਲਦੀ ਵਾਲਾ ਦੁੱਧ ਦੇਣਾ ਵਾ, ਤੂੰ ਐਂ ਕਰ ਮੰਮੀ ਨੂੰ ਥੋੜਾ ਪਹਿਲਾਂ ਕੁੜੀ ਦੀ ਸਬਜ਼ੀ ਫੇਰ ਹਲਦੀ ਹੁੰਦੀ ਦੇ ਖੰਡ ਬਾਅਦ ਚ ਕਰ ਦੇ, ਮੇਰੀ ਰੋਟੀ ਕਿਉਂ ਨੀ ਲੈ ਕੇ ਆਇਆ? ਨਾਲੇ ਹੁਣੇ ਠੀਕੇ ਉਹ ਮੇਰੀ ਗੱਲ ਸੁਣ, ਸਾਰੇ ਪੁਆੜੀ ਕਰਦੇ ਆ ਪ੍ਰੀਤ ਮੋਜੇ ਮੋਜੇ ਕਰਕੇ, ਹੁਣ ਤੁਸੀਂ ਮੰਮੀ ਨਾਲ ਮਿੱਠੇ ਹੋਣਦੇ। ਪ੍ਰੀਤ ਮੈਂ ਕਾਹਨੂੰ ਮਿੱਠੀ ਹੋਣਾ, ਮੈਨੂੰ ਕੀ ਮੇਰੇ ਸਰੀਰ ਚ, ਤੂੰ ਐਂ ਕਰ ਸਵੇਰੇ ਨਾ ਜਾ, ਤੈਨੂੰ ਪਤਾ ਮੇਰੀ ਤੇ ਮਜਬੂਰੀ ਆ, ਮੈਂ ਟੈਸਟ ਕਰਾਉਣੇ ਕੁੜੀ ਦੇ, ਮੈਂ ਫੇਰ ਆ ਜਾਊਂਗਾ, ਦੋਵਾਂ ਮਾਵਾਂ ਧੀਆਂ ਨੂੰ ਇੱਕੋ ਹੀ ਰੱਟ ਲਾਈਏ, ਜੇ ਉੱਥੇ ਜਾਣ ਸਵੇਰੇ ਨਾ ਜਾ, ਸਵੇਰੇ ਕੀ ਤੂੰ ਮੇਰੇ ਤੋਂ ਚਰਖਾ ਕਰਾਉਣਾ? ਮੈਂ ਪ੍ਰੀਤ ਆ ਜਾਊ, ਮੰਮੀ ਦੀ ਗੱਲ ਨੀ ਰੋਟੀ ਕੰਮ ਕੌਣ ਕਰੂਗਾ, ਮੈਂ ਦੋਵਾਂ ਦਿਨਾਂ ਚ ਆ ਜਾਊਂਗੀ। ਮੈਂ ਕੰਮ ਕਰਦੀ ਹਾਂ, ਕੌਣ ਕਰਦਾ? ਤੁਸੀਂ ਕਰਦੇ ਹੋ ਨਾ?
ਮੈਂ ਕਰਦੀ ਮੈਂ ਇਹ ਕਰੂੰਗੀ ਮੈਂ ਕੁੜੀ ਦੀ ਤੈਨੂੰ ਪਤਾ ਮੇਰੀ ਕੁੜੀ ਨੀ ਠੀਕ ਮੈਂ ਰਿਪੋਰਟ ਕਰਾ ਕੇ ਆਉਣੀ ਹੈ ਮੈਂ ਉਸੇ ਵੇਲੇ ਆ ਜਾਉਂ ਰਿਪੋਰਟ ਟੈਸਟ ਕਰਨਾ ਦੇ ਨਾ ਦੀਦੀ ਇਹ ਗੱਲ ਝੂਠੀ ਮੈਂ ਸਵੇਰੇ ਜਦੋਂ ਦੇ ਨਾਲ ਮੈਂ ਕੱਪੜੇ ਪਾਏ ਹੋਏ ਨੇ ਤੂੰ ਦੇ ਨਾਲ ਨਹੀਂ ਮੈਂ ਲੈਣਾ ਅਸੀਂ ਦੱਸ ਦੋ ਨਾ ਨਹੀਂ ਨਹੀਂ ਮੈਂ ਨਹੀਂ ਲੈਣਾ ਵੇਖ ਕੰਮ ਕੰਮ ਨਹੀਂ ਕਰੀ ਤਾਂ ਇੰਨੀ ਘਰੀ ਦਾ ਜਿਹਨਾਂ ਨੂੰ ਪੁੱਛ ਕੇ ਵੇ ਜਿਹਨਾਂ ਦੀ ਮਾਂ ਨਹੀਂ ਹੁੰਦੀ ਉਹਨਾਂ ਦੀ ਕੀ ਬੀਤਦੀ ਹੈ ਤੈਨੂੰ ਤੇ ਰੱਬ ਨੇ ਮਾਂ ਦਿੱਤੀ ਉਹ ਵੀ ਇੰਨੀ ਚੰਗੀ ਹੈ ਤੇ ਮਾਂ ਨਹੀਂ ਚੰਗੀ ਬਹੁਤ ਚੰਗੀ ਵੇਖ ਮੁਸਲੀ ਤੇ ਮੰਮੀ ਆਖਣ ਦੇ ਉਹ ਤੇ ਬੋਲੇ ਪੁੱਛੇ ਜੇ ਨਾ ਪਾਓ ਹਨਾ ਜਾ ਕੇ ਮੰਮੀ ਘਰ ਚੰਗੇ ਬੰਦੇ ਇਹ ਹੁਣ ਸਾਡੀ ਲੜਕੀ ਜੋ ਹੁਣ ਚੰਗ ਦਿਖਾਵਾ ਕਰ ਦਿੰਦਾ ਹੈ ਮੈਂ ਉਹ ਕਰਦੀ ਮੈਂ ਇਹ ਕਰਦੀ ਕਰ ਲਓ ਜੋ ਕਰਨਾ ਜੇ ਹਾਂ ਜੀ ਦੁੱਧ ਦੇਣਾ ਦੇ ਦਿਓ ਤੇ ਮੇਰੀ ਕੁੜੀ ਵਾਸਤੇ ਪਨੀਰ ਦੀ ਸਬਜ਼ੀ ਬਣਾਓ ਮੈਂ ਨਹੀਂ ਖਾਣੀ ਸਬਜ਼ੀ ਤੋਂ ਦੂਰ ਨਹੀਂ ਧਰ ਕੇ ਰੱਖਦੀ ਨਾ ਜਿਹੜੀ ਸਬਜ਼ੀ ਜੇ ਨਹੀਂ ਖਾਣੀ ਤੇ ਉਹ ਧਰ ਕੇ ਨਾ ਮੈਂ ਹੁਣੇ ਬਣਾ ਦਿੰਦੀ ਵੀ ਤੂੰ ਗੁੱਸਾ ਨਾ ਕਰ ਮੈਂ ਤੇਰੇ ਹੁਣੇ ਜਿੱਤੀ ਬਣਾਈ ਦੋ ਤਾਂ ਬਾਅਦ ਚ ਚੱਲ ਜੂਗਾ ਕਿ ਜੇ ਨਹੀਂ ਕੁਛ ਹੋਣ ਲੱਗਾ ਉਹਨਾਂ ਕਿ ਜੇ ਗੁੱਡੀ ਫਸ ਮੈਂ ਹੁਣੇ ਬੇਟਾ ਭਾਜੀ ਤੇ ਦੁੱਧ ਦੇ ਜਾਂਦੀ ਤੇ ਨੋਸੇ ਦਾ ਤੇ ਫੀਲ ਬੜੀ ਹੁੰਦੀ ਹੈ ਨਾ ਫਿਰ ਮੇਰੀ ਨਹੀਂ ਮੰਨਣੀ ਬਸ ਤੇਰੀ ਹੁਣੇ ਭਾਜੀ ਮੈਂ ਕੱਟੇ ਚੀਰ ਦੋ ਸਣ ਮੈਂ ਤੜਕਾ ਲਾ ਕੇ ਤੈਨੂੰ ਤੁਸੀਂ ਅੱਗ ਬਹੁ ਮੈਂ ਮਗਰ ਤੇਰੇ ਕੋਲ ਦੇ ਕੇ ਆਈ 2 ਮਿੰਟ ਦੀ ਮੇਰੀ ਰੋਟੀ ਹੋਣੀ ਚਾਹੀਦੀ ਅੰਦਰ ਹੁਣੇ ਆ ਵਰੀ ਆ ਨਾ ਸੋਣਾ ਨਹੀਂ ਮੈਂ ਹੁਣੇ ਕਰਾ ਤਾਂ ਰੋਟੀ ਕਰਾ ਆਉ ਆਣੀ ਨੂੰ ਵਜਾ ਨੂੰ ਤਾਂ ਤਾਂ ਦੁੱਧ ਵਾਲੇ ਦੇ ਹਲਦੀਆਂ ਨੇ ਦੁੱਧ ਤਿਆਰ ਕਰਨ ਦੇ ਜੀ ਪ੍ਰੀਤ ਕੀ ਕਰਦੀ ਹੈ ਪ੍ਰੀਤ ਇੱਦਾਂ ਕਿਉਂ ਕਰਦੀ ਮੰਮੀ ਦੇ ਦਾ ਇੰਨਾ ਕਰਦੀ ਹੈ ਹੈ ਪ੍ਰੀਤ ਮੈਨੂੰ ਪੁੱਛ ਕੇ ਵੇਖ ਹੈ ਜਿਹਦੀ ਮਾਂ ਹੈ ਨਹੀਂ ਮਾਂ ਬਿਨਾਂ ਤਾਂ ਕੋਈ ਚੰਗਾ ਨਹੀਂ ਲੱਗਦਾ ਤੇ ਜਦ ਇੰਨਾ ਕਰਦੀ ਤੇ ਮੈਂ ਦੁੱਧ ਫੜਾ ਕੇ ਮੈਂ ਇੱਥੇ ਫਰੈਸ਼ ਚੋਂ ਪਾ ਲਾਂ ਮੇਰੀ ਵੀ ਗਲਤੀ ਮੈਂ ਨਾ ਭਾਂਡੇ ਚੁੱਕ ਦਿੰਦੀ ਉੱਥੇ ਉੱਥੇ ਨਾ ਬਹਿ ਕੇ ਵੀ ਮੰਮੀ ਨੇ ਗੁੱਸਾ ਮੇਰੇ ਤੇ ਕੱਢਤਾ ਵਾ ਗੱਲ ਭਾਂਡਿਆਂ ਦੀ ਨੀ ਉੱਥੇ ਜਾਲਾ ਬੜਾ ਲੱਗਾ ਪਿਆ ਵਾ ਜੇ ਕਿਤੇ ਉਹ ਵੀ ਸੱਸੀ ਦੇਖਦੇ ਹੁੰਦੇ ਸਵੇਰੇ ਐਂ ਕੀ ਕਰਦੀ ਆ ਮੈਂ ਪਹਿਲਾਂ ਤੇ ਨਾ ਹਾਰ ਪੀ ਮਾਰ ਕੇ ਜਾਲਾ ਸਾਡਾ ਲੱਗਦੀ ਆ ਹੈਂ ਫਿਰ ਵੀ ਕਿਤੇ ਦੇਖ ਸਕਦੇ ਸੀ ਭਾਰਾ ਕਿ ਉਹ ਦੇਖ ਜਾਂਦੀ ਆ ਚੰ ਹੁਣ ਤੇ ਨਹੀਂ ਆਈ ਇੱਥੇ ਮੈਨੂੰ ਜਿਆਦਾ ਆਉਂਦਾ ਉਹੀ ਤੁਹਾਨੂੰ ਮੈਂ ਸਮਝਾਉਂਦਾ ਹੀ ਆ ਵੀ ਨਾ ਪ੍ਰੀਤ ਜੇ ਜਾਂਦੀ ਆ ਨਾ ਮੇਰੀ ਸੁਣ ਗੱਲ ਜੇ ਜਾਂਦੀ ਆ ਨਾ ਇਹਨੂੰ ਜਾਣ ਦੇ ਤੂੰ ਮੇਰੀ ਧੀ ਰਹਿ ਮੇਰੇ ਕੋਲ ਮੈਂ ਤਾਂ ਰਹਿਣਾ ਮੈਂ ਤਾਂ ਉਹੀ ਆਖਦੀ ਪ੍ਰੀਤ ਤੂੰ ਤਾਂ ਰਹਿਣਾ ਆਉਂਦੀ ਨੇ ਹੁਣ ਚੱਲੀ ਮੈਂ ਤੈਂ ਕਰਨਾ ਸੀ ਮੈਨੂੰ ਤਾਂ ਤਾਂ ਰੌਲਾ ਪਾਉਂਦੀ ਮੈਂ ਤਾਂ 2 ਦਿਨ ਰਹਿ ਪਾ ਮੈਂ ਨਾ ਭੱਜ ਕੇ ਕੁੜੀ ਦੇ ਟੈਸਟ ਕਰਨੇ ਦੇ ਆਵਾਂ ਮੈਂ ਫਿਰ ਉਸ ਨੇ ਭੁੰਦੇ ਪੈਰੀ ਆ ਜੂ ਮੇਰੀ ਗੱਲ ਸੁਣ ਟੈਸਟ ਦੀ 4000 ਰੁਪਇਆ ਮੈਂ ਦਿੱਤਾ ਸੀ ਨਾ ਮੇਰੇ ਮਾੜੀ ਜੀ ਠੀਕ ਹੋ ਲੈਂਦੀ ਤੇ ਮੈਂ ਨਾਲ ਚੱਲੂੰ ਠੀਕ ਹੋ ਜਾਣਾ ਨਾ ਕੱਲ ਪਰਸੋਂ ਤੱਕ ਠੀਕ ਆਪਾਂ ਟੈਸਟ ਜਿੰਨੇ ਤੇ ਵੀ 5 ਦੇ ਹੋਣ ਦੱਸਦੇ ਹੋਣ ਮੈਂ ਟੈਸਟ ਕਰਾ ਕੇ ਤੇ ਉਹਨਾਂ ਤੇ ਸੋਹਣਾ ਵੀ ਗੱਲ ਤਾਂ ਬਣਾ ਕੇ ਮੰਮੀ ਕਹਾ ਦੋ ਮੈਂ ਹਾਂ ਸਾਰਾ ਖਰਾਬ ਮੇਰੀ ਤੇ ਤੂੰ ਮੇਰੀ ਧੀ ਬੜੀ ਜਿੰਨੂੰ ਮੈਂ ਇੰਨੀ ਨਫ਼ਰਤ ਕੀਤੀ ਮੇਰਾ ਤਾਂ ਜਿਗਰ ਦਾ ਬਾਹੋਂ ਫੜ ਕੇ ਉਹਨੂੰ ਬਾਹਰ ਕੱਢ ਦਿੱਤਾ ਸੂਟਾਂ ਦੀ ਨਹੀਂ ਲੋੜ ਮੰਮੀ ਮੈਨੂੰ ਬਸ ਮੇਰੀ ਧੀ ਰਾਜੀ ਆ ਤੇਰੀ ਕੋਲ ਟੈਸਟ ਕਰਾ ਲਈ ਮੈਂ ਸਾਰੇ ਟੈਸਟ ਕਰਾ ਦੂੰ ਜਿੰਨੇ ਨੇ ਮਰਜ਼ੀ ਜਿੰਨਾ ਚਿਰ ਦਵਾਈ ਚੱਲੂ ਮੈਂ ਦਵਾਈ ਦਵਾਈ ਦਵਾਂਗੀ ਠੀਕ ਹਾਂ ਚੰਗਾ ਮੇਰੀ ਧੀ ਮੈਂ ਕਰਦੀ ਹਾਂ ਫਿਰ ਬਾਹਰ ਨਾ ਸੌਂਵੀ ਏਸੀ ਦੇ ਅੰਦਰ ਸੌਵਾਂਗੇ ਚੰਗਾ ਠੀਕ ਠੀਕ ਮੈਂ ਉੱਥੇ ਨਾ ਮੋਟਾ ਜਿਹਾ ਕੰਬਾ ਰੱਖਦੀ ਮੇਰਾ ਪੈਰ ਬਰੇਟਰ ਨੂੰ ਆ ਮੈਂ ਰੱਖ ਦਿੰਦੀ ਸਾਈਡ ਜੇ ਤੇ ਮਰ ਜਾ ਮੈਂ ਆਪੇ ਨਾ ਆਇਓ ਮੈਂ ਤੁਹਾਨੂੰ ਲੈ ਜੂੰਗੀ ਚੜ ਕੇ ਫਿਰ ਪਤਾ ਮੋਚ ਆਈ ਹੈ ਜਿਹੜੀ ਸੱਟ ਲੱਗ ਜੂਗੀ ਸਾਰੇ ਟੈਸਟ ਕਰਾਉਣੇ ਇੱਥੋਂ ਕਹਿੰਦੇ ਨਾ ਅੱਜ ਕੱਲ੍ਹ ਦੇ ਕਾਲਜੋ ਦਾ ਸਮਾਂ ਲਹੂ ਸਫੇਦ ਹੋਏ ਪਏ ਆ
ਆਪਣਾ ਨੀ ਕੋਈ ਬਣਦਾ, ਮੈਂ ਤਾਂ ਨੀ ਫਿਰ ਹੀ ਆਪਣੀ ਮੇਰੀ ਇਹ ਬਣ ਗਈ ਹੈ ਜਿਹਦੇ ਨਾਲ ਮੈਂ ਇੰਨੀ ਨਫ਼ਰਤ ਕੀਤੀ, ਆਹ ਤਾਂ ਮੇਰੀ ਬਣੀ ਨਾ ਜਿਹਦੇ ਨਾਲ ਮੈਂ ਇੰਨਾ ਕੀਤਾ, ਇਹਨੂੰ ਮੈਂ ਗਾਹ ਤੋਂ ਨਾ ਫੋਨ ਕਰਿਆ ਕਰਨਾ, ਨਾ ਇਹਨੂੰ ਮੈਂ ਸੱਦਿਆ ਕਰਨਾ।